ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਦੇ ਉੱਤੇ ਆਮੀਨ। ਸਾਰਿਆਂ ਨੂੰ ਜੈ ਜਸੂ ਮਸੀਹ ਦੀ ਸਤਿ ਸ਼੍ਰੀ ਅਕਾਲ, ਅਦਾਬ, ਨਮਸਤੇ ਐਂਡ ਵੈਰੀ ਵੈਰੀ ਗੁੱਡ ਈਵਨਿੰਗ। ਸਵਾਗਤ ਹੈ ਤੁਹਾਡਾ ਇਸ ਯੂਟਿਊਬ ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਜੀਸਸ ਅਵਰ ਸੇਵੀਅਰ ਮੀਡੀਆ ਮਿਨਿਸਟਰੀ UK। ਔਰ ਜੇ ਤੁਸੀਂ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਇਟਸ ਮਾਈ ਹੰਬਲ ਰਿਕੁਐਸਟ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਔਰ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਸਾਡੀਆਂ ਵੀਡੀਓ ਜਿਹੜੀਆਂ ਆ ਉਹ ਕਿਸ ਤਰ੍ਹਾਂ ਦੀਆਂ ਲੱਗਦੀਆਂ ਹੈਗੀਆਂ। ਔਰ ਅੱਜ ਦਾ ਇਹ ਮਸੀਹੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹੋਇਆ ਹੈਗਾ। ਔਰ ਗੱਲ ਕਰਾਂਗਾ ਤੁਹਾਡੇ ਨਾਲ ਅੱਜ ਮੈਂ ਕਿ ਅੱਜ ਇੱਕ ਖਾਸ ਦਿਨ ਹੈਗਾ ਆ, ਬਹੁਤ ਵੱਡਾ ਖਾਸ ਦਿਨ ਹੈਗਾ ਆ, ਕਿਉਂਕਿ ਅੱਜ ਉਹ ਦਿਨ ਆ ਜਿਸ ਦਿਨ ਸਾਡੀ ਮਾਤਾ ਮਰੀਅਮ ਯਾਨੀ ਕਿ ਖੁਦਾਵੰਦ ਯਿਸੂ ਮਸੀਹ ਦੀ ਮਾਂ ਦਾ ਬਰਥਡੇ ਹੈਗਾ ਆ, ਜਨਮ ਦਿਨ ਹੈਗਾ ਆ। ਤਾਂ ਇਹ ਵੀਡੀਓ ਜਿਹੜੀਆਂ ਮੇਰੀਆਂ ਹੈਗੀਆਂ, ਅੱਜ ਮੈਂ ਲੇਟ ਵੀਡੀਓ ਕਿਉਂ ਪਾਈ, ਉੱਦਾਂ ਮੈਂ ਅੱਜ ਰੇਡੀਓ 'ਤੇ ਪ੍ਰੋਗਰਾਮ ਕਰਕੇ ਆਇਆ ਸੀਗਾ ਮਾਂ ਮਰੀਅਮ ਦੇ, ਮੈਂ ਦੱਸ ਕੇ ਆਇਆ ਲੋਕਾਂ ਨੂੰ ਕਿ ਅੱਜ ਮਾਂ ਮਰੀਅਮ ਦਾ ਬਰਥਡੇ ਹੈਗਾ, ਜਨਮ ਦਿਨ ਹੈਗਾ ਆ। ਤਾਂ ਮੈਂ ਰੇਡੀਓ ਦੇ ਉੱਪਰ ਵੀ ਆਪਣਾ ਇਹ ਪ੍ਰੋਗਰਾਮ ਕਰਕੇ ਆਇਆ ਹੈਗਾ ਸੀ ਅੱਜ। ਔਰ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸਾਂਝਾ ਕਰੀਏ। ਬਹੁਤ ਸਾਰੇ ਮੈਂ ਵੇਟ ਕਰਦਾ ਸੀ ਕਿ ਸ਼ਾਇਦ ਕੋਈ ਵੱਡਾ ਪ੍ਰਚਾਰਕ, ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਬਹੁਤ ਵੱਡੇ ਵੱਡੇ ਪ੍ਰਚਾਰਕ ਹੈਗੇ ਹਾਂ, ਕਿ ਕੋਈ ਵੀ ਅੱਜ ਮਾਂ ਮਰੀਅਮ ਦੇ ਬਾਰੇ ਦੱਸੇਗਾ, ਆਪਣੀ ਕਲੀਸੀਆਵਾਂ ਨੂੰ ਦੱਸਣਗੇ। ਪਰ ਬਹੁਤ ਹੀ ਅਫਸੋਸ ਦੀ ਗੱਲ ਆ ਕਿ ਕਿਸੇ ਨੇ ਵੀ ਅੱਜ ਕੋਈ ਵੀ ਮੈਸੇਜ ਜਿਹੜਾ ਹੈ ਯੂਟਿਊਬ 'ਤੇ ਮਾਂ ਮਰੀਅਮ ਦੇ ਬਾਰੇ ਨਹੀਂ ਦਿੱਤਾ ਕਿ ਅੱਜ ਮਾਂ ਮਰੀਅਮ ਦਾ ਜਨਮ ਦਿਨ ਹੈਗਾ ਆ। ਸਿਰਫ ਅਤੇ ਸਿਰਫ ਰੋਮਨ ਕੈਥੋਲਿਕ ਚਰਚ ਰਸੂਲੀ ਕਲੀਸੀਆ ਜਿਹੜੀ ਹੈਗੀ ਆ, ਉਹਨਾਂ ਨੇ ਇਸ ਈਦ ਨੂੰ ਬੜੀ ਧੂਮਧਾਮ ਦੇ ਨਾਲ ਆਪਣੇ ਘਰਾਂ ਦੇ ਵਿੱਚ ਵੀ ਲੋਕਾਂ ਨੇ ਮਨਾਇਆ ਹੈਗਾ ਆ, ਔਰ ਚਰਚਿਸ ਦੇ ਵਿੱਚ ਵੀ ਬਾਕਮਾਸ ਹੋਈਆਂ ਹੈਗੀਆਂ। ਪਰ ਜਿਹੜੇ ਕਨਾਤਾਂ ਵਾਲੇ ਪਾਸਟਰ ਆ, ਮੈਂ ਕਹਿੰਦਾ ਜਿਹੜੇ ਟੈਂਟ ਵਾਲੇ ਪਾਸਟਰ ਹੈਗੇ ਆ, ਜਾਂ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਬਹੁਤ ਵੱਡੇ ਵੱਡੇ ਚਮਤਕਾਰ ਕਰਦੇ ਹਾਂ, ਉਹਨਾਂ ਨੇ ਕਿਸੇ ਨੇ ਵੀ ਆਪਣੀ ਕਲੀਸੀਆ ਨੂੰ ਮਾਂ ਮਰੀਅਮ ਦੇ ਬਾਰੇ ਨਹੀਂ ਦੱਸਿਆ। ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਅੱਜ ਮਾਂ ਮਰੀਅਮ ਦਾ ਬਰਥਡੇ ਹੈਗਾ ਆ। ਸਭ ਤੋਂ ਪਹਿਲਾਂ ਅਸੀਂ ਸ਼ੁਕਰ ਕਰੀਏ ਉਸ ਖੁਦਾ ਦਾ ਜਿਸ ਨੇ ਸਾਨੂੰ ਇਸ ਤਰ੍ਹਾਂ ਦੀ ਮਾਂ, ਖੁਦਾ ਯਿਸੂ ਮਸੀਹ ਦੀ ਮਾਂ ਸਾਨੂੰ ਬਖਸ਼ੀ ਹੈਗੀ ਆ। ਹੁਣ ਬਹੁਤ ਸਾਰੇ ਲੋਕਾਂ ਦਾ ਕਹਿਣਾ ਆ, ਜਿਹੜੇ ਨੋਨ ਕੈਥੋਲਿਕ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਮਾਂ ਮਰੀਅਮ ਦੀ ਅਸੀਂ ਪੂਜਾ ਕਿਉਂ ਕਰਦੇ ਹੈਗੇ ਹਾਂ, ਕਰਦੇ ਹਾਂ, ਕਰਨੀ ਆ, ਕਰਦੇ ਰਹਾਂਗੇ, ਕਿਉਂਕਿ ਉਹ ਸਾਡੇ ਖੁਦਾਵੰਦ ਦੀ ਮਾਂ ਆ। ਜਿਹੜੇ ਰਸੂਲੀ ਕਲੀਸਿਆ ਦੇ ਮੈਂਬਰ ਆ ਉਹ ਸਾਰਾ ਕੁਛ ਇਹ ਕਰਦੇ ਆ, ਅਸੀਂ ਮਾਂ ਮਰੀਅਮ ਦੀ ਰਿਸਪੈਕਟ ਵੀ ਕਰਦੇ ਹਾਂ, ਅਸੀਂ ਮਾਂ ਮਰੀਅਮ ਤੋਂ ਪ੍ਰਾਰਥਨਾ ਵੀ ਕਰਦੇ ਹਾਂ, ਅਸੀਂ ਮਾਂ ਮਰੀਅਮ ਤੋਂ ਉਹ ਚੀਜ਼ਾਂ ਵੀ ਮੰਗਦੇ ਹਾਂ ਜਿਹੜੀਆਂ ਸਾਨੂੰ ਚਾਹੀਦੀਆਂ ਦੁਆ ਦੇ ਵਿੱਚ। ਤਾਂ ਅੱਜ ਇਹਦੇ ਬਾਰੇ ਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਅਸੀਂ ਮਾਂ ਮਰੀਅਮ ਨੂੰ ਕਿਉਂ ਇੰਨੀ ਅਹਿਮੀਅਤ ਦਿੰਦੇ ਹੈਗੇ ਹਾਂ। ਸ਼ੁਰੂਆਤ ਕਰਾਂਗਾ ਇੱਕ ਛੋਟੀ ਜਿਹੀ ਗੱਲ ਤੋਂ, ਸਮਝਣ ਵਾਲੀ ਗੱਲ ਹੈ, ਜਿਹੜਾ ਇਨਸਾਨ ਸਮਝ ਜਾਂਦਾ ਹੈਗਾ ਤਾਂ ਸਮਝ ਲਓ ਸਮਝ ਗਿਆ। ਉਹ ਇੱਕ ਦੁਨਿਆਵੀ ਗੱਲ ਕਰਾਂਗਾ ਕਿ ਜੇ ਮੈਂ ਜਾਂ ਤੁਸੀਂ, ਜੇ ਤੁਹਾਡਾ ਕੋਈ ਦੋਸਤ ਹੈਗਾ ਆ, ਜੇ ਉਹ ਤੁਹਾਡੀ ਮਾਂ ਦੀ ਰਿਸਪੈਕਟ ਨਹੀਂ ਕਰੇਗਾ ਤਾਂ ਕੀ ਤੁਸੀਂ ਉਹਨੂੰ ਪਸੰਦ ਕਰੋਗੇ? ਨਹੀਂ ਕਰੋਗੇ, ਕਿਉਂਕਿ ਜਿਹੜਾ ਇਨਸਾਨ ਤੁਹਾਡੀ ਮਾਂ ਦੀ ਰਿਸਪੈਕਟ ਨਹੀਂ ਕਰ ਰਿਹਾ, ਤੁਸੀਂ ਉਸਨੂੰ ਕਿਸ ਤਰ੍ਹਾਂ ਪਸੰਦ ਕਰ ਸਕਦੇ ਹੈਗੇ ਆ? ਇਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਜੀ, ਤੁਸੀਂ ਜਿੱਡੇ ਵੱਡੇ ਮਰਜ਼ੀ ਚਮਤਕਾਰ ਕਰ ਲਓ, ਬਦਰੂਹਾਂ ਕੱਢੀ ਜਾਓ, ਲੋਕਾਂ ਨੂੰ ਠੀਕ ਕਰੋ, ਪਰ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੀ ਮਾਂ ਦੀ ਇੱਜ਼ਤ ਨਹੀਂ ਕਰਨੀ, ਉਸਨੂੰ ਆਪਣੀ ਮਾਂ ਨਹੀਂ ਮੰਨਣਾ, ਤਾਂ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਕੀ ਕਹਿਣਾ? ਖੁਦਾ ਦੇ ਵਚਨ ਦੇ ਵਿੱਚ ਲਿਖਿਆ ਗਿਆ ਹੈਗਾ ਕਿ ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕੌਣ ਆ। ਉਹਨਾਂ ਲੋਕਾਂ ਨੇ ਕਹਿਣਾ, ਪ੍ਰਭੂ ਜੀ ਤੁਹਾਡੇ ਨਾਂ ਦੇ ਵਿੱਚ ਬੜੇ ਵੱਡੇ ਵੱਡੇ ਚਮਤਕਾਰ ਕੀਤੇ ਆ, ਤੁਹਾਡੇ ਨਾਂ ਦੇ ਵਿੱਚ ਭੂਤਾਂ ਪ੍ਰੇਤਾਂ ਨੂੰ ਕੱਢਿਆ ਆ, ਰੋਗੀਆਂ ਨੂੰ ਠੀਕ ਕੀਤਾ ਆ। ਪ੍ਰਭੂ ਨੇ ਕਹਿਣਾ, ਮੈਂ ਤੁਹਾਨੂੰ ਜਾਣਦਾ ਹੀ ਨਹੀਂ ਤੁਸੀਂ ਕੌਣ ਆ। ਇਸ ਕਰਕੇ ਸਾਡਾ ਇਹ ਫਰਜ਼ ਬਣਦਾ ਆ ਕਿ ਅਸੀਂ ਮਾਂ ਦੇ ਅੱਗੇ ਪ੍ਰਾਰਥਨਾ ਕਰੀਏ, ਮਾਂ ਨੂੰ ਪੂਰੀ ਰਿਸਪੈਕਟ ਕਰੀਏ, ਔਰ ਮਾਂ ਦਾ ਜਨਮ ਦਿਹਾੜਾ ਜਿਹੜਾ ਆ ਉਸਨੂੰ ਅੱਛੇ ਤਰੀਕੇ ਦੇ ਨਾਲ ਮਨਾਈਏ, ਜਿਸ ਤਰ੍ਹਾਂ ਅਸੀਂ ਆਪਣੇ ਮਾਂ ਬਾਪ ਦਾ ਮਨਾਉਂਦੇ ਹਾਂ ਜਾਂ ਬੱਚਿਆਂ ਦਾ ਮਨਾਉਂਦੇ ਹਾਂ। ਔਰ ਦੂਸਰੀ ਗੱਲ ਕਰਾਂਗਾ ਕਿ ਬਹੁਤ ਸਾਰੇ ਲੋਕਾਂ ਦਾ ਕਹਿਣਾ ਕਿ ਮਾਂ ਮਰੀਅਮ ਦਾ ਜਿਹੜਾ ਰੋਲ ਸੀਗਾ ਉਹ ਇੰਨਾ ਹੀ ਸੀਗਾ ਬਸ, ਕਿ ਪ੍ਰਭੂ ਯਿਸੂ ਮਸੀਹ ਨੂੰ ਪੈਦਾ ਕਰਨਾ ਸੀ, ਉਸ ਤੋਂ ਬਾਅਦ ਮਾਂ ਮਰੀਅਮ ਦਾ ਕੋਈ ਰੋਲ ਨਹੀਂ ਸੀ। ਉਹਨਾਂ ਲੋਕਾਂ ਨੂੰ ਇੱਕ ਮੈਸੇਜ ਦੇਵਾਂਗਾ, ਜਿਹੜੇ ਲੋਕ, ਜਿਹੜੇ ਧਰਮ ਗੁਰੂ ਜਾਂ ਜਿਹੜੇ ਲੇਡੀ ਪਾਸਟਰਸ ਹੈਗੀਆਂ, ਜਿਹੜੀਆਂ ਜਿਨ੍ਹਾਂ ਦੀ ਸੋਚ UK ਦੇ ਵਿੱਚ ਬਹੁਤ ਇੱਦਾਂ ਦੀਆਂ ਲੇਡੀ ਪਾਸਟਰ ਜਿਹੜੇ TV 'ਤੇ ਬੈਠ ਕੇ ਇਸ ਤਰ੍ਹਾਂ ਦਾ ਪ੍ਰਚਾਰ ਕਰਦੇ ਆ ਕਿ ਮਾਂ ਮਰੀਅਮ ਨੂੰ ਇੱਕ ਇਸਤੇਮਾਲ ਕੀਤਾ ਗਿਆ। ਦੇਖੋ ਕਿੰਨੀ ਮਾੜੀ ਗੱਲ ਹੈਗੀ ਆ ਕਿ ਜਦੋਂ ਅਸੀਂ ਇਹ ਵਰਡ ਯੂਜ਼ ਕਰਦੇ ਹਾਂ ਕਿ ਮਾਂ ਮਰੀਅਮ ਨੂੰ ਪ੍ਰਭੂ ਯਿਸੂ ਮਸੀਹ ਦੇ ਲਈ ਇਸਤੇਮਾਲ ਕੀਤਾ ਗਿਆ, ਇਹ ਚੰਗਾ ਵਰਡ ਨਹੀਂ ਗਾ।
एक प्रचारक के मूँह के वर्ड जिहड़ा आ ਉਹ ਜੇ ਕਿਸੇ ਨੂੰ ਕਵੇ ਤਾਂ ਉਹ ਅੱਛੀ ਗੱਲ ਨਹੀਂ ਗੀ। ਜੇ ਅਸੀਂ ਵੀ ਇਹ ਗੱਲ ਕਹੀਏ ਵੀ ਤੁਹਾਡੇ ਜਿਹੜੇ ਬੱਚੇ ਆ, ਤੁਹਾਡੇ ਸੱਸ ਸਹੁਰੇ ਨੇ, ਤੁਹਾਡੇ ਹਸਬੈਂਡ ਨੇ ਤੁਹਾਨੂੰ ਸਿਰਫ ਬੱਚੇ ਪੈਦਾ ਕਰਨ ਲਈ ਇਸਤੇਮਾਲ ਕੀਤਾ ਹੈ ਤਾਂ ਤੁਹਾਨੂੰ ਵੀ ਦੁੱਖ ਲੱਗੇਗਾ, ਪ੍ਰਭੂ ਯਿਸੂ ਮਸੀਹ ਨੂੰ ਵੀ ਦੁੱਖ ਲੱਗਦਾ ਹੈਗਾ ਹੈ ਔਰ ਉਸ ਇਨਸਾਨ ਨੂੰ ਵੀ ਦੁੱਖ ਲੱਗੇਗਾ ਜਿਹੜਾ ਪ੍ਰਭੂ ਯਿਸੂ ਮਸੀਹ ਦੀ ਮਾਂ ਨੂੰ ਪਿਆਰ ਕਰਦਾ। ਮੈਨੂੰ ਦੁੱਖ ਲੱਗਦਾ ਹੈ ਇਸ ਚੀਜ਼ ਦਾ, ਮੈਂ ਇਹ ਗੱਲਾਂ ਬਰਦਾਸ਼ਤ ਨਹੀਂ ਕਰ ਸਕਦਾ ਜਿਹੜੇ ਮਾਂ ਮਰੀਅਮ ਨੂੰ ਗਲਤ ਕਹਿੰਦੇ ਆ। ਅੱਜ ਇਹ ਮੈਸੇਜ ਜਿਹੜਾ ਹੈਗਾ ਨਾ, ਇਹ ਬਹੁਤ ਵਧੀਆ ਮੈਸੇਜ ਆਪਾਂ ਦੇਣ ਜਾ ਰਹੇ ਹੈਗੇ। ਇਸ ਮੈਸੇਜ ਨੂੰ ਧਿਆਨ ਦੇ ਨਾਲ ਸੁਣਨਾ ਕਿ ਖੁਦਾ ਦਾ ਵਚਨ ਸਾਨੂੰ ਕੀ ਦੱਸਦਾ। ਪ੍ਰਭੂ ਯਿਸੂ ਮਸੀਹ ਸਾਡਾ ਇੱਕ ਰਿਸ਼ਤਾ ਜੋੜ ਕੇ ਗਏ ਆਪਣੀ ਮਾਂ ਦੇ ਨਾਲ। ਤੁਹਾਨੂੰ ਯਾਦ ਕਰਾਵਾਂਗਾ ਇੱਕ ਗੱਲ, ਪ੍ਰਭੂ ਯਿਸੂ ਮਸੀਹ ਜਦੋਂ ਸਲੀਬ ਦੇ ਉੱਪਰ ਆਪਣੀ ਜਾਨ ਦੇਣੀ ਸੀ, ਉਹਨਾਂ ਨੂੰ ਸਲੀਬ ਦੇ ਉੱਪਰ ਟੰਗਿਆ ਗਿਆ, ਉਹਨਾਂ ਦੇ ਹੱਥਾਂ ਪੈਰਾਂ ਦੇ ਵਿੱਚ ਕਿਰ ਠੋਕੇ ਹੋਏ ਸੀਗੇ, ਸਿਰ ਦੇ ਉੱਪਰ ਉਹਨਾਂ ਦੇ ਕੰਡਿਆਂ ਦਾ ਤਾਜ ਸੀਗਾ, ਵੱਖੀ ਦੇ ਵਿੱਚ ਵੀ ਵਰਸ਼ਾ ਮਾਰਿਆ ਹੋਇਆ ਸੀਗਾ, ਸਾਰਾ ਜਿਸਮ ਜਿਹੜਾ ਸੀ ਉਹ ਲਹੂ ਲੁਹਾਨ ਹੋਇਆ ਹੋਇਆ ਸੀ। ਪਰ ਫਿਰ ਵੀ ਉਹਨਾਂ ਨੂੰ ਆਪਣੀ ਮਾਂ ਦਾ, ਇੰਨੀ ਤਕਲੀਫ ਦੇ ਵਿੱਚ ਉਹਨਾਂ ਨੂੰ ਆਪਣੀ ਮਾਂ ਦਾ ਫਿਕਰ ਸੀਗਾ। ਉਹਨਾਂ ਨੇ ਆਪਣੇ ਇੱਕ ਚੇਲੇ ਨੂੰ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਸਲੀਬ, ਉਹਨਾਂ ਨੂੰ ਉਹ ਚੇਲਾ ਜਿਹਨੂੰ ਉਹ ਬਹੁਤ ਪਿਆਰ ਕਰਦੇ ਸੀਗੇ ਜਿਸਦਾ ਨਾਂ ਯੋਹਨ ਸੀ, ਉਸਨੂੰ ਉਹ ਆਪਣੇ ਚੇਲੇ ਨੂੰ ਕਿਹਾ ਕਿ ਦੇਖ ਦੇਖੋ ਇੱਕ ਇਨਸਾਨ ਦਰਦ ਦੇ ਵਿੱਚ ਸਲੀਬ ਦੇ ਉੱਪਰ ਟੰਗਿਆ ਹੋਇਆ। ਉਹਨਾਂ ਨੂੰ ਆਪਣੀ ਮਾਂ ਦੀ ਕਿੰਨੀ ਫਿਕਰ ਸੀ, ਉਹਨਾਂ ਨੇ ਆਪਣੇ ਇਸ ਚੇਲੇ ਨੂੰ ਜਿਹਨੂੰ ਉਹ ਪਿਆਰ ਕਰਦੇ ਸੀਗੇ, ਉਹਨਾਂ ਨੂੰ ਪਤਾ ਸੀ ਕਿ ਮੇਰੀ ਕੁਰਬਾਨੀ ਦਾ ਮੇਰਾ ਸਮਾਂ ਪੂਰਾ ਹੋ ਗਿਆ ਹੈਗਾ ਆ, ਮੈਂ ਹੁਣ ਇਸ ਦੁਨੀਆਂ ਤੋਂ ਚਲੇ ਜਾਣਾ ਹੈਗਾ, ਤੀਸਰੇ ਦਿਨ ਮੈਂ ਮੁਰਦਿਆਂ ਦੇ ਵਿੱਚੋਂ ਜੀ ਉੱਠ ਕੇ ਫਿਰ ਮੈਂ ਅਸਮਾਨ 'ਤੇ ਚਲੇ ਜਾਣਾ ਹੈਗਾ ਆ। ਫਿਰ ਉਹ ਆਪਣੀ ਮਾਂ ਦੀ ਜ਼ਿੰਮੇਵਾਰੀ ਜਿਹੜੀ ਸੀਗੀ ਉਹ ਆਪਣੇ ਉਸ ਰਸੂਲ ਨੂੰ ਦੇ ਕੇ ਗਏ ਜਿਹਨੂੰ ਪ੍ਰਭੂ ਯਿਸੂ ਮਸੀਹ ਬਹੁਤ ਜ਼ਿਆਦਾ ਪਿਆਰ ਕਰਦੀ ਸੀ, ਯੋਹਨ ਨੂੰ। ਸਲੀਬ ਤੋਂ ਆਵਾਜ਼ ਦਿੱਤੀ, ਯੋਹਨ ਦੇਖ ਇਹ ਤੇਰੀ ਮਾਂ ਆ ਔਰ ਤੂੰ ਇਹਦਾ ਬੇਟਾ ਆ, ਅੱਜ ਤੋਂ ਤੂੰ ਇਸ ਨੂੰ ਆਪਣੇ ਘਰ ਲੈ ਕੇ ਜਾ। ਹਾਲੇਲੂਇਆ। ਉਹ ਦਿਨ ਜਿਹੜਾ ਆ ਸਾਡਾ ਇੱਕ ਖੁਦਾ ਨੇ ਰਿਸ਼ਤਾ ਜੋੜਿਆ, ਉਹ ਇਕੱਲੇ ਯੋਹਨ ਦੇ ਨਾਲ ਹੀ ਨਹੀਂ ਸਾਡੇ ਨਾਲ ਵੀ ਉਹ ਰਿਸ਼ਤਾ ਬਣਾ ਕੇ ਗਏ ਆ, ਕਿਉਂਕਿ ਮਾਂ ਮਰੀਅਮ ਪ੍ਰਭੂ ਯਿਸੂ ਮਸੀਹ ਦੇ ਅਸਮਾਨ ਜਾਣ ਤੋਂ ਬਾਅਦ ਦੇ ਵਿੱਚ ਉਹ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਦੇ ਨਾਲ ਹੀ ਰਹੀ ਆ ਔਰ ਪ੍ਰਭੂ ਯਿਸੂ ਮਸੀਹ ਦੇ ਚੇਲਿਆਂ ਨੇ ਮਾਂ ਮਰੀਅਮ ਤੋਂ ਬਹੁਤ ਕੁਛ ਸਿੱਖਿਆ। ਬਾਅਦ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੁੰਦੀ ਸੀ ਮਾਂ ਮਰੀਅਮ, ਉਹਨਾਂ ਨੇ ਮਾਂ ਮਰੀਅਮ ਨੂੰ ਆਪਣੇ ਨਾਲ ਹੀ ਰੱਖਿਆ। ਪਰ ਅੱਜ ਦੇ ਪ੍ਰਚਾਰਕ ਕੀ ਕਰਦੇ ਆ, ਅੱਜ ਦੇ ਧਰਮ ਗੁਰੂ ਕੀ ਕਰਦੇ ਆ, ਉਹ ਮਾਂ ਦੀ ਇੱਜ਼ਤ ਹੀ ਨਹੀਂ ਕਰਦੇ। ਉਹ ਰਸੂਲ ਜਿਹੜੇ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦੇ ਸੀ, ਉਹਨਾਂ ਨੇ ਪ੍ਰਭੂ ਯਿਸੂ ਮਸੀਹ ਦੀ ਮਾਂ ਨੂੰ ਵੀ ਆਪਣੇ ਨਾਲ ਰੱਖਿਆ। ਔਰ ਤੁਹਾਨੂੰ ਦੱਸਣਾ ਚਾਹਾਂਗਾ ਕਿ ਮਾਂ ਮਰੀਅਮ ਦੀ ਜਦੋਂ ਮੌਤ ਹੋਈ ਸੀਗੀ, ਉਹਨਾਂ ਦੀ ਕਬਰ ਨਹੀਂ ਗਈ। ਪ੍ਰਭੂ ਯਿਸੂ ਮਸੀਹ ਦੀ ਕਬਰ ਇਸ ਦੁਨੀਆਂ ਦੇ ਵਿੱਚ ਖਾਲੀ ਆ, ਪਰ ਪ੍ਰਭੂ ਯਿਸੂ ਮਸੀਹ ਆਪਣੀ ਮਾਂ ਨੂੰ ਇੰਨੀ ਬੇਪਨਾਹ ਮੁਹੱਬਤ ਕਰਦੇ ਸੀਗੇ ਨਾ, ਪ੍ਰਭੂ ਯਿਸੂ ਮਸੀਹ ਨੇ ਆਪਣੀ ਮਾਂ ਦੀ ਕਬਰ ਇਸ ਦੁਨੀਆਂ ਦੇ ਵਿੱਚ ਰਹਿਣੀ ਨਹੀਂ, ਬਣਨ ਹੀ ਨਹੀਂ ਦਿੱਤੀ। ਮਾਂ ਮਰੀਅਮ ਦੀ ਕਬਰ ਇਸ ਦੁਨੀਆਂ ਦੇ ਵਿੱਚ ਨਹੀਂ ਗਈ, ਸ਼ਾਇਦ ਤੁਹਾਨੂੰ ਇਹ ਪਤਾ ਆ ਜਾਂ ਨਹੀਂ, ਮੈਨੂੰ ਨਹੀਂ ਪਤਾ, ਪਰ ਅੱਜ ਮੈਂ ਤੁਹਾਨੂੰ ਇਹ ਦੱਸ ਰਿਹਾ ਹੈਗਾ ਹਾਂ ਕਿ ਪ੍ਰਭੂ ਯਿਸੂ ਮਸੀਹ ਦੀ ਮਾਂ ਮਰੀਅਮ ਦੀ ਕਬਰ ਇਸ ਦੁਨੀਆਂ ਦੇ ਵਿੱਚ ਨਹੀਂ ਗਈ, ਕਿਉਂਕਿ ਮਾਂ ਮਰੀਅਮ ਦੀ ਬਾਡੀ ਨੂੰ ਫਰਿਸ਼ਤੇ ਅਸਮਾਨ 'ਤੇ ਚੱਕ ਕੇ ਲੈ ਗਏ ਸੀਗੇ। ਹਾਲੇਲੂਇਆ। ਤੁਸੀਂ ਆਈਡੀਆ ਲਗਾਓ ਕਿ ਮਾਂ ਮਰੀਅਮ ਨੂੰ ਪ੍ਰਭੂ ਯਿਸੂ ਮਸੀਹ ਕਿੰਨਾ ਪਿਆਰ ਕਰਦੇ ਸੀਗੇ ਕਿ ਉਹਨਾਂ ਨੇ ਆਪਣੇ ਫਰਿਸ਼ਤੇ ਕਰਕੇ ਆਪਣੀ ਮਾਂ ਦੀ ਬਾਡੀ ਨੂੰ, ਜਿਸਮ ਨੂੰ, ਜਿਸਮ ਸਮੇਤ ਮਾਂ ਮਰੀਅਮ ਅਸਮਾਨ 'ਤੇ ਚੁਕਾਈ ਗਈ, ਕਿੰਨਾ ਪਿਆਰ ਕਰਦੇ ਸੀਗੇ। ਪਰ ਅਸੀਂ ਲੋਕ ਕੀ ਕਰਦੇ ਹਾਂ, ਮੈਂ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਜਿਹੜੇ ਨੋਨ ਕੈਥੋਲਿਕ ਲੋਕ ਨੇ, ਜਿਹੜੇ ਪ੍ਰਭੂ ਯਿਸੂ ਮਸੀਹ ਦੀ ਮਾਂ ਨੂੰ ਅੱਛਾ ਨਹੀਂ ਸਮਝਦੇ। ਉਹ ਕਹਿੰਦੇ ਤੁਸੀਂ ਮਾਂ ਮਰੀਅਮ ਤੋਂ ਕਿਉਂ ਦੁਆ ਕਰਦੇ ਹਾਂ, ਜੇ ਤੂੰ ਤਾਂ ਦੁਆ ਕਰਦੇ ਨਹੀਂ ਆਪਾਂ, ਵੀ ਤੁਹਾਨੂੰ ਕਰਨੀ ਨਹੀਂ ਚਾਹੀਦੀ, ਕਿਉਂ ਨਹੀਂ ਕਰਨੀ ਚਾਹੀਦੀ, ਕੌਣ ਕਹਿੰਦਾ ਕਿ ਸਾਨੂੰ ਮਾਂ ਮਰੀਅਮ ਦੇ ਅੱਗੇ ਦੁਆ ਨਹੀਂ ਕਰਨੀ ਚਾਹੀਦੀ। ਦੇਖੋ ਜਦ ਅਸੀਂ ਆਪਣੀਆਂ ਦੁਆਵਾਂ ਦੇ ਵਿੱਚ ਜਦੋਂ ਆਪਾਂ ਦੁਆ ਕਰਦੇ ਕੀ ਕਹਿੰਦੇ ਹਾਂ ਆਪਾਂ, ਇਬਰਾਹਿਮ ਇਜ਼ਾਕ ਯਾਕੂਬ ਦੇ ਖੁਦਾ ਕਹਿੰਦੇ ਹਾਂ ਨਾ ਆਪਾਂ, ਤਾਂ ਕੀ ਗੱਲ ਅਸੀਂ ਮਾਂ ਮਰੀਅਮ ਦਾ ਬੇਟਾ ਨਹੀਂ ਕਹਿ ਕੇ ਦੁਆ ਕਰ ਸਕਦੇ। ਜਦ ਇਬਰਾਹਿਮ ਯਾਕੂਬ ਔਰ ਯੋਹੰਨਾ ਦੀ ਅਸੀਂ ਖੁਦਾ, ਇਬਰਾਹਿਮ ਇਜ਼ਾਕ ਔਰ ਯਾਕੂਬ ਦਾ ਖੁਦਾ ਅਸੀਂ ਕਹਿੰਦੇ ਹਾਂ, ਤਾਂ ਜਿਹਦਾ ਬੇਟਾ ਆ ਉਹਦੀ ਉਹ ਕਿੰਨੀ ਦੁਆ ਸੁਣੇਗਾ। ਜਦ ਨਬੀਆਂ ਦੀ ਸੁਣੇਗਾ ਤਾਂ ਆਪਣੀ ਮਾਂ ਦੀ ਕਿੰਨੀ ਦੁਆ ਸੁਣੇਗਾ। ਸ਼ਾਇਦ ਤੁਹਾਡੀ ਨੌਲੇਜ 'ਚ ਇਹ ਗੱਲ ਹੈ ਜਾਂ ਨਹੀਂ, ਪਰ ਅੱਜ ਦੱਸਾਂਗਾ ਜ਼ਰੂਰ ਕਿ ਸਾਰੇ ਨਬੀਆਂ ਤੋਂ ਪਹਿਲਾਂ ਜਿੰਨੇ ਵੀ ਅਕੋਰਡਿੰਗ ਟੂ ਹੋਲੀ ਬਾਈਬਲ ਆਏ ਆ ਨਾ ਨਬੀ ਆਪਣੇ, ਸਾਰੇ ਨਬੀਆਂ ਤੋਂ ਪਹਿਲਾਂ ਮਾਂ ਮਰੀਅਮ ਨੂੰ ਚੁਣਿਆ ਗਿਆ, ਖੁਦਾ ਬਾਪ ਨੇ ਚੁਣਿਆ।
ਉਹ ਕਿਸ ਤਰ੍ਹਾਂ ਚੁਣਿਆ ਉਹ ਵੀ ਤੁਹਾਨੂੰ ਦੱਸਦਾ ਹੈਗਾ ਆ ਕਿ ਜਦੋਂ ਆਦਮ ਤਾਂ ਹਵਾ ਨੇ ਗੁਨਾਹ ਕੀਤਾ ਸੀ, ਉਹਨਾਂ ਨੂੰ ਕਰਜ਼ ਕੀਤਾ ਸੀਗਾ ਆਦਮ ਹਵਾ 'ਚ ਸ਼ੈਤਾਨ ਨੂੰ, ਤਾਂ ਜਦੋਂ ਸ਼ੈਤਾਨ ਨੂੰ ਖੁਦਾ ਬਾਪ ਨੇ ਕਰਜ਼ ਕੀਤਾ ਤਾਂ ਕੀ ਕਿਹਾ ਸੀ ਕਿ ਸ਼ੈਤਾਨ ਮੈਂ ਤੇਰੇ ਤਾਂ ਇਸਤਰੀ ਦੇ ਬੱਚੇ ਦੇ ਵਿੱਚ ਸ਼ਤੁਰਤਾ ਪੈਦਾ ਕਰਾਂਗਾ, ਇਸਤਰੀ ਦਾ ਬੱਚਾ ਜਿਹੜਾ ਆ ਉਹ ਤੇਰਾ ਸਿਰ ਕੁਚਲੇਗਾ। ਹਾਲੇਲੂਇਆ, ਇਹ ਗੱਲ ਕਹੀ ਸੀ ਨਾ, ਤੁਸੀਂ ਇਸ ਗੱਲ ਨੂੰ ਮੰਨਦੇ ਆ ਨਾ? ਜੇ ਤੁਸੀਂ ਨਹੀਂ ਮੰਨਦੇ ਇਹਦਾ ਮਤਲਬ ਤੁਸੀਂ ਖੁਦਾਵੰਦ 'ਤੇ ਵਿਸ਼ਵਾਸ ਨਹੀਂ ਰੱਖਦੇ, ਤੁਸੀਂ ਪਵਿੱਤਰ ਬਾਈਬਲ 'ਤੇ ਵਿਸ਼ਵਾਸ ਨਹੀਂ ਰੱਖਦੇ, ਕਿਉਂਕਿ ਇਹ ਇੱਕ ਆਇਤ ਆਪਣੀ ਹੈਗੀ ਪੁਰਾਣੇ ਨੇਮ ਦੇ ਵਿੱਚ ਕਿਹਾ ਗਿਆ ਕਿ ਇਹ ਸ਼ੈਤਾਨ ਮੈਂ ਤੇਰੇ ਤਾਂ ਇਸਤਰੀ ਦੇ ਬੱਚੇ ਦੇ ਵਿੱਚ ਸ਼ਤਰੁਤਾ ਪੈਦਾ ਕਰਾਂਗਾ, ਇਸਤਰੀ ਦਾ ਬੱਚਾ ਜਿਹੜਾ ਆ ਉਹ ਤੇਰਾ ਸਿਰ ਕੁਚਲੇਗਾ। ਪਹਿਲਾ ਵਰਡ ਯੂਜ ਕੀਤਾ ਗਿਆ ਮੈਂ ਤੇਰੇ ਤਾਂ ਇਸਤਰੀ, ਇਸਤਰੀ ਕੌਣ ਸੀ? ਉਹ ਇਸਤਰੀ ਸੀਗੀ ਮਾਂ ਮਰੀਅਮ, ਔਰ ਉਹ ਬੱਚਾ ਕੌਣ ਸੀ? ਬੱਚਾ ਸੀ ਪ੍ਰਭੂ ਯਿਸੂ ਮਸੀਹ। ਪ੍ਰਭੂ ਯਿਸੂ ਮਸੀਹ ਯਾਨੀ ਕਿ ਮਾਂ ਮਰੀਅਮ ਦਾ ਐਲਾਨ ਖੁਦ ਖੁਦਾ ਬਾਪ ਨੇ ਕੀਤਾ। ਪ੍ਰਭੂ ਯਿਸੂ ਮਸੀਹ ਦੇ ਆਉਣ ਦਾ ਐਲਾਨ ਖੁਦਾ ਬਾਪ ਨੇ ਪਹਿਲਾਂ ਹੀ ਕਰ ਦਿੱਤਾ ਸੀ, ਮਾਂ ਮਰੀਅਮ ਦਾ ਵੀ ਤਾਂ ਪ੍ਰਭੂ ਯਿਸੂ ਮਸੀਹ ਦਾ ਵੀ। ਫਿਰ ਉਹ ਆਪਣੀ ਕੁਰਬਾਨੀ ਦੇ ਕੇ ਇਸ ਦੁਨੀਆਂ ਤੋਂ ਖੁਦਾ ਯਿਸੂ ਮਸੀਹ ਜ਼ਿੰਦਾ ਅਸਮਾਨ 'ਤੇ ਉਠਾਏ ਗਏ। ਅਸੀਂ ਆਪਣੇ ਧਰਮ ਗੁਰੂਆਂ ਦੀਆਂ ਜਿਹੜੀਆਂ ਵਾਈਫ ਹੈਗੀਆਂ ਉਹਨਾਂ ਦਾ ਤਾਂ ਅਸੀਂ ਬਰਥਡੇ ਬੜੀ ਧੂਮਧਾਮ ਦੇ ਨਾਲ ਮਨਾਉਂਦੇ, ਅਸੀਂ ਆਪਣੇ ਘਰਾਂ ਦੇ ਵਿੱਚ ਕੇਕ ਵੀ ਕੱਟਦੇ ਹਾਂ ਉਹਨਾਂ ਦਾ ਨਾਂ ਲਿਖ ਕੇ ਉੱਪਰ, ਆਪਣੇ ਪਾਸਟਰ ਸਾਹਿਬਾਨ ਦਾ ਨਾਂ ਲਿਖ ਕੇ। ਪਰ ਜਦੋਂ ਖੁਦਾਵੰਦ ਦੀ ਮਾਂ ਦੀ ਵਾਰੀ ਆਉਂਦੀ ਆ ਉਦੋਂ ਪਤਾ ਨਹੀਂ ਤੁਹਾਨੂੰ ਕੀ ਹੋ ਜਾਂਦਾ ਹੈਗਾ ਆ। ਇਹ ਮੈਸੇਜ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਇੱਦਾਂ ਕਰਦੇ ਆ। ਫਿਰ ਇੱਕ ਲੋਕਾਂ ਦਾ ਬੜਾ ਹੈਗਾ ਮੈਸੇਜ ਹੁੰਦਾ ਆ ਕਿ ਪ੍ਰਭੂ ਯਿਸੂ ਮਸੀਹ ਆਪਣੀ ਮਾਂ ਨੂੰ ਔਰਤ ਕਹਿੰਦੇ ਸੀ, ਬਿਲਕੁਲ ਕਹਿੰਦੇ ਸੀ, ਬਾਈਬਲ ਦੇ ਵਿੱਚ ਲਿਖਿਆ ਗਿਆ ਵੂਮਨ। ਉਹ ਕਿਉਂ ਕਹਿੰਦੇ ਸੀਗੇ? ਜਦੋਂ ਪ੍ਰਭੂ ਯਿਸੂ ਮਸੀਹ ਰੂਹਾਨੀ ਤੌਰ 'ਤੇ ਆਪਣਾ ਪ੍ਰਚਾਰ ਕਰਦੇ ਸੀ ਉਦੋਂ ਉਹਨਾਂ ਲਈ ਸਾਰੇ ਇੱਕੋ ਜਿਹੇ ਸੀਗੇ, ਠੀਕ ਹੈ ਨਾ? ਉਦੋਂ ਕੋਈ ਉਹਨਾਂ ਲਈ ਉੱਚਾ ਨੀਵਾਂ ਜਾਂ ਰਿਸ਼ਤੇਦਾਰ ਨਹੀਂ ਹੁੰਦਾ ਸੀ, ਉਦੋਂ ਸਾਰੇ ਉਹਨਾਂ ਲਈ ਇੱਕੋ ਜਿਹੇ ਹੁੰਦੇ ਸੀਗੇ। ਇਸ ਕਰਕੇ ਉਹ ਆਪਣੀ ਮਾਂ ਨੂੰ ਔਰਤ ਵੀ ਕਹਿੰਦੇ ਸੀਗੇ, ਵੂਮਨ ਵੀ ਕਹਿੰਦੇ ਸੀ। ਪਰ ਜਦੋਂ ਸਲੀਬ ਦੇ ਉੱਪਰ ਪ੍ਰਭੂ ਨੇ ਆਪਣੀ ਕੁਰਬਾਨੀ ਦਿੱਤੀ ਸੀ ਉਦੋਂ ਕੀ ਕਿਹਾ ਕਿ ਦੇਖ ਇਹ ਤੇਰੀ ਮਾਂ ਆ। ਜਿਹੜਾ ਅਹੁਦਾ ਤੁਹਾਡਾ ਹੁੰਦਾ ਨਾ, ਜਦੋਂ ਇੰਗਲੈਂਡ ਦੀ ਕੁਈਨ ਜਿਹੜੀ ਸੀ ਕੁਈਨ ਅਲਿਜ਼ਬੈਥ, ਜਿਹਨਾਂ ਦੀ ਡੈਥ ਹੋ ਚੁੱਕੀ ਆ, ਖੁਦਾਵੰਦ ਦੇ ਕੋਲ ਜਿਹੜੇ ਚਲੇ ਗਏ ਆ, ਜਦੋਂ ਉਹ ਆਪਣੀ ਗੱਦੀ 'ਤੇ ਬੈਠਦੇ ਸੀ ਨਾ ਕੁਈਨ ਅਲਿਜ਼ਬੈਥ, ਉਹਨਾਂ ਦਾ ਬੇਟਾ ਵੀ ਉਹਨਾਂ ਨੂੰ ਮਾਂ ਨਹੀਂ ਸੀ ਕਹਿ ਸਕਦਾ, ਉਹ ਉਹਨਾਂ ਦੇ ਰੁਤਬੇ ਤੋਂ ਬੁਲਾਉਂਦਾ ਸੀ ਉਹਨਾਂ ਨੂੰ। ਤਾਂ ਪ੍ਰਭੂ ਯਿਸੂ ਮਸੀਹ ਵੀ ਜਦੋਂ ਆਪਣੀ ਗੱਦੀ 'ਤੇ ਬੈਠਦੇ ਸੀ, ਜਦੋਂ ਲੋਕਾਂ ਨੂੰ ਪ੍ਰਚਾਰ ਕਰਦੇ ਸੀ, ਉਦੋਂ ਸਾਰੇ ਉਹਨਾਂ ਲਈ ਖੋਜੇ ਹੁੰਦੇ ਸੀਗੇ। ਤੁਸੀਂ ਆਈਡੀਆ ਲਾਓ ਕਿ ਮਾਂ ਮਰੀਅਮ ਨੇ ਪ੍ਰਭੂ ਯਿਸੂ ਮਸੀਹ ਨੂੰ 9 ਮਹੀਨੇ ਆਪਣੇ ਪੇਟ ਦੇ ਵਿੱਚ ਰੱਖਿਆ, ਮਾਂ ਮਰੀਅਮ ਦੇ ਮਾਸ ਜਿਸਮ ਦੇ ਵਿੱਚੋਂ ਉਹਨਾਂ ਦਾ ਜਿਸਮ ਬਣਿਆ। ਜਿਸ ਤਰ੍ਹਾਂ ਅਸੀਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੂੰ ਮਾਂ ਮਰੀਅਮ ਨੇ ਪਾਲਿਆ। ਤਾਂ ਤੁਹਾਡਾ ਕੀ ਖਿਆਲ ਹੈ ਕਿ ਮਾਂ ਮਰੀਅਮ ਨੂੰ ਉਹਨਾਂ ਦਾ ਬੇਟਾ ਪ੍ਰਭੂ ਯਿਸੂ ਮਸੀਹ ਪਿਆਰ ਨਹੀਂ ਕਰਦਾ ਹੋਊਗਾ? ਇਹ ਕਿਸ ਤਰ੍ਹਾਂ ਹੋ ਸਕਦਾ? ਜਿਸ ਖੁਦਾ ਨੇ ਸਾਨੂੰ ਕਿਹਾ ਕਿ ਆਪਣੇ ਮਾਂ ਬਾਪ ਦੀ ਇੱਜ਼ਤ ਕਰੋ, ਤਾਂ ਕੀ ਗੱਲ ਉਹ ਆਪਣੇ ਮਾਂ ਦੀ ਇੱਜ਼ਤ ਨਹੀਂ ਕਰਦੇ ਸੀਗੇ? ਬਹੁਤ ਕਰਦੇ ਸੀ। ਸਿਰਫ ਤੁਹਾਨੂੰ ਹੀ ਨਹੀਂ ਪਤਾ, ਤੁਸੀਂ ਚਾਹੁੰਦੇ ਆ ਕਿ ਮਾਂ ਮਰੀਅਮ ਦੀ ਇੱਜ਼ਤ ਨਾ ਤੁਸੀਂ ਕਰੋ। ਹਾਂ, ਧਰਮ ਗੁਰੂਆਂ ਦੀਆਂ ਤੀਵੀਆਂ ਦੀ ਇੱਜ਼ਤ ਕਰੀ ਜਾਓ, ਤੁਸੀਂ ਬਹੁਤ ਆ ਇਹ, ਉਹਨਾਂ ਨੂੰ ਤੁਸੀਂ ਸਪਿਰਚੁਅਲ ਮਦਰ ਕਹਿੰਦੇ ਹੈਗੇ ਆ। ਸਪਿਰਚੁਅਲ ਮਦਰ ਤੁਹਾਡੀ ਕੋਈ ਨਹੀਂ ਗੀ, ਜੇ ਸਪਿਰਚੁਅਲ ਮਦਰ ਤੁਹਾਡੀ ਕੋਈ ਹੈ ਤਾਂ ਉਹ ਹੈਗੀ ਆ ਮਾਂ ਮਰੀਅਮ। ਮਾਂ ਮਰੀਅਮ ਨੂੰ ਤੁਸੀਂ ਕਹਿ ਸਕਦੇ ਸਾਡੀ ਸਪਿਰਚੁਅਲ ਮਦਰ ਆ। ਕਿਸੇ ਪਾਸਟਰ ਦੀ, ਕਿਸੇ ਧਰਮ ਗੁਰੂ ਦੀ ਵਾਈਫ ਨੂੰ ਨਹੀਂ ਤੁਸੀਂ ਕਹਿ ਸਕਦੇ, ਜਾਂ ਕਿਸੇ ਬਿਸ਼ਪ ਦੀ ਵਾਈਫ ਨੂੰ ਨਹੀਂ ਕਹਿ ਸਕਦੇ ਕਿ ਇਹ ਸਾਡੀ ਸਪਿਰਚੁਅਲ ਮਦਰ ਆ। ਸਪਿਰਚੁਅਲ ਮਦਰ ਜੇ ਤੁਹਾਡੀ ਹੈ ਕੋਈ, ਉਹ ਹੈਗੀ ਆ ਮਾਂ ਮਰੀਅਮ। ਔਰ ਸਪਿਰਚੁਅਲ ਫਾਦਰ ਜੇ ਕੋਈ ਤੁਹਾਡਾ ਹੈਗਾ ਆ, ਉਹ ਹੈਗਾ ਆ ਪ੍ਰਭੂ ਯਿਸੂ ਮਸੀਹ। ਇਸ ਕਰਕੇ ਮਾਂ ਮਰੀਅਮ ਤੋਂ ਨਫ਼ਰਤ ਕਰਨ ਵਾਲੇ ਜਿਹੜੇ ਲੋਕ ਆ ਉਹ ਇੱਕ ਵਾਰੀ ਅਗਾਹ ਹੋ ਜਾਓ, ਖੁਦਾਵੰਦ ਤੁਹਾਨੂੰ ਕਦੀ ਮਾਫ਼ ਨਹੀਂ ਕਰੇਗਾ। ਪ੍ਰਭੂ ਯਿਸੂ ਮਸੀਹ ਨੂੰ ਖੁਦਾ ਬਾਪ ਨੇ ਵਰਡ ਇਹ ਯੂਜ਼ ਨਾ ਕਰਿਆ ਕਰੋ ਕਿ ਮਾਂ ਮਰੀਅਮ ਨੂੰ ਇਸਤੇਮਾਲ ਕੀਤਾ ਗਿਆ, ਇਸ ਤਰ੍ਹਾਂ ਨਹੀਂ ਗਾ। ਮਾਂ ਮਰੀਅਮ ਔਰਤਾਂ ਵਿੱਚੋਂ ਧੰਨ ਆ, ਵਚਨ ਦੇ ਵਿੱਚ ਲਿਖਿਆ ਕਿ ਅੱਜ ਤੋਂ ਸਾਰੀਆਂ ਕੌਮਾਂ ਮੈਨੂੰ ਧੰਨ ਕਹਿਣਗੀਆਂ। ਜਦੋਂ ਆਪਾਂ ਪ੍ਰਾਰਥਨਾ ਕਰਦੇ ਨਾ, ਸਲਾਮੇ ਮਰੀਅਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧੰਨ ਹੈ, ਨਾਲੇ ਧੰਨ ਹੈ ਤੇਰੇ ਪੇਟ ਦਾ ਫਲ ਯਿਸੂ। ਇਹ ਬਾਈਬਲ ਦੇ ਵਿੱਚੋਂ ਪ੍ਰਾਰਥਨਾ ਲਈ ਗਈ ਆ। ਪੂਰੀ ਬਾਈਬਲ ਦੇ ਵਿੱਚੋਂ ਜੇ ਕੋਈ ਧੰਨ ਸੀ ਔਰਤਾਂ ਦੇ ਵਿੱਚੋਂ, ਉਹ ਸੀ ਮਾਂ ਮਰੀਅਮ। ਮਾਂ ਮਰੀਅਮ ਸਾਡੀਆਂ ਦੁਆਵਾਂ ਨੂੰ ਖੁਦਾਵੰਦ ਦੇ ਕੋਲ ਲੈ ਕੇ ਜਾਂਦੀ ਆ। ਜਿਸ ਤਰ੍ਹਾਂ ਤੁਸੀਂ ਆਪਣੇ ਪਾਸਟਰਾਂ ਨੂੰ ਕਹਿੰਦੇ ਆ ਨਾ ਵੀ ਸਾਡੇ ਵਾਸਤੇ ਦੁਆ ਕਰੋ, ਮਾਂ ਮਰੀਅਮ ਨੂੰ ਵੀ ਕਿਹਾ ਕਰੋ
रोजरी पढ़िया करो, जे तुहानू रोजरी दी नॉलेज नहीं गी तुसी किसी भी रोमन कैथलिक चर्च दे विच जा के उहनां तों नॉलेज लै सकदे आ। जदों असीं रोजरी पढ़दे ना, होली रोजरी पढ़दे आ, तुसीं अपनीआं गड्डियां दे विच तां पवित्र रोजरी नूं टंगिया हुंदा, पर तुहानू पता कईआं नूं नहीं गा जिहड़े नॉन कैथलिक लोग आ कि रोजरी दा मीनिंग की आ। ਉਹ ਰੋਜ਼ਰੀ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਸਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ, ਸਾਡੇ ਬੜੇ ਸਾਰੇ ਮਸਲੇ ਹੱਲ ਹੁੰਦੇ ਹੈਗੇ ਆ। ਰੋਜ਼ਰੀ ਪੜ੍ਹਿਆ ਕਰੋ, ਰੋਜ਼ਰੀ ਦਾ ਜਾਪ ਕਰਨਾ ਬਹੁਤ ਅੱਛਾ ਆ, ਕਿਉਂਕਿ ਉਸ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਜਨਮ ਤੋਂ ਲਾ ਕੇ ਉਹਨਾਂ ਦੇ ਅਸਮਾਨ ਜਾਣ ਤੱਕ ਸਾਰੀ ਸਟੋਰੀ ਬਿਆਨ ਕੀਤੀ ਹੋਈ ਹੈਗੀ ਆ। ਮਾਂ ਮਰੀਮ ਦਾ ਬਹੁਤ ਵੱਡਾ ਰੋਲ ਸੀ ਖੁਦਾਵੰਦ ਦੀ ਜ਼ਿੰਦਗੀ ਦੇ ਵਿੱਚ, ਔਰ ਤੁਸੀਂ ਕਹਿ ਦਿੰਦੇ ਕਿ ਮਾਂ ਮਰੀਮ ਨੇ ਇਸਤੇਮਾਲ ਕੀਤਾ ਗਿਆ। ਅੱਜ ਮਾਂ ਮਰੀਮ ਦਾ ਜਨਮ ਦਿਨ ਹੈਗਾ ਆ, ਔਰ ਕੈਥਲਿਕ ਚਰਚ ਰਸੂਲੀ ਕਲੀਸਿਆ ਬੜੀ ਧੂਮਧਾਮ ਦੇ ਨਾਲ ਮਨਾ ਰਹੀ ਆ। ਔਰ ਮੈਂ ਕਹਿੰਦਾ ਹਾਂ ਕਿ ਖੁਸ਼ ਨਸੀਬ ਆ ਅਸੀਂ ਕਿ ਅਸੀਂ ਆਪਣੀ ਉਸ ਮਾਂ ਦਾ ਬਰਥਡੇ ਮਨਾਉਂਦੇ ਹਾਂ ਜਿਹੜੀ ਸਾਡੀ ਖੁਦਾਵੰਦ ਦੀ ਮਾਂ ਆ। ਤੁਸੀਂ ਦੂਜੇ ਧਰਮਾਂ ਤੋਂ ਸਿੱਖੋ, ਹਿੰਦੂ ਧਰਮ ਜਿਹੜਾ ਆ, ਸਿੱਖ ਧਰਮ ਆ, ਉਹ ਕਿਸ ਤਰ੍ਹਾਂ ਆਪਣੇ ਗੁਰੂਆਂ ਦੀਆਂ ਮਾਵਾਂ ਦੀ ਇੱਜ਼ਤ ਕਰਦੇ ਆ। ਈਵਨ ਮੁਸਲਿਮ ਲੋਕ ਜਿਹੜੇ ਆ, ਜਿਹੜੇ ਹੋਲੀ ਕੁਰਾਨ ਨੂੰ ਪੜ੍ਹਦੇ ਆ, ਉਹ ਮਾਂ ਮਰੀਮ ਦੀ ਇੱਜ਼ਤ ਕਰਦੇ ਆ, ਉਹ ਮਾਂ ਮਰੀਮ ਨੂੰ ਸਜਦਾ ਕਰਦੇ ਆ, ਉਹ ਮਾਂ ਮਰੀਮ ਦੀ ਰਿਸਪੈਕਟ ਕਰਦੇ ਆ। ਸਿਰਫ ਸਾਡੇ ਜਿਹੜੇ ਲੋਕ, ਜਿਹੜੇ ਕ੍ਰਿਸਚਨ ਲੋਕ ਨੇ, ਨੋਨ ਕੈਥਲਿਕ ਲੋਕ ਜਿਹੜੇ ਰਸੂਲੀ ਕਲੀਸਿਆ 'ਤੇ ਭਰੋਸਾ ਨਹੀਂ ਰੱਖਦੇ, ਉਹ ਲੋਕ ਮਾਂ ਮਰੀਮ ਦੀ ਰਿਸਪੈਕਟ ਨਹੀਂ ਕਰਦੇ। ਖੁਦਾਵੰਦ ਤੋਂ ਡਰੋ। ਜੇ ਤੁਸੀਂ ਖੁਦਾਵੰਦ ਦੀ ਮਾਂ ਦੀ ਇੱਜ਼ਤ ਨਹੀਂ ਕਰਨੀ ਤਾਂ ਖੁਦਾਵੰਦ ਤੁਹਾਨੂੰ ਕਦੀ ਮਾਫ਼ ਨਹੀਂ ਕਰੇਗਾ। ਇਹ ਛੋਟਾ ਜਿਹਾ ਮੈਸੇਜ ਮੈਂ ਇਸ ਕਰਕੇ ਦੇਣਾ ਸੀਗਾ ਕਿ ਅੱਜ ਮੈਂ ਸਾਰਾ ਦਿਨ ਵੇਟ ਕਰਦਾ ਰਿਹਾ ਕਿ ਕੋਈ ਨਾ ਕੋਈ ਮੈਸੇਜ ਯੂਟਿਊਬ 'ਤੇ ਆਵੇਗਾ ਮਾਂ ਮਰੀਮ ਦੇ ਜਨਮਦਿਨ ਦਿਹਾੜੇ ਦੇ ਵਾਸਤੇ, ਕੋਈ ਨਾ ਕੋਈ ਪਾਸਟਰ ਕਰੇਗਾ, ਪਰ ਕਿਸੇ ਵੀ ਪਾਸਟਰ ਨੇ ਮਾਂ ਮਰੀਮ ਦੇ ਬਾਰੇ ਦੱਸਿਆ ਤੱਕ ਨਹੀਂ ਕਿ ਅੱਜ ਮਾਂ ਮਰੀਮ ਦਾ ਬਰਥਡੇ ਆ। ਹਾਂ, ਹੋ ਸਕਦਾ ਅੱਜ ਕਿਸੇ ਦੀ ਪਾਸਟਰ ਦੀ ਵਾਈਫ ਦਾ ਬਰਥਡੇ ਹੋਵੇ, ਉਹ ਤੁਸੀਂ ਮਨਾਇਆ ਆ, ਪਰ ਆਪਣੀ ਖੁਦਾਵੰਦ ਦੀ ਮਾਂ ਦਾ, ਜਿਹਨੂੰ ਤੁਸੀਂ ਕਹਿੰਦੇ ਕਿ ਸਾਡਾ ਮੁਕਤੀਦਾਤਾ ਆ, ਉਹਦੀ ਮਾਂ ਦਾ ਬਰਥਡੇ ਤੁਸੀਂ ਮਨਾਉਣ ਲੱਗੇ ਡਰਦੇ ਆ। ਜਦੋਂ ਤੁਸੀਂ ਮਾਂ ਮਰੀਮ ਦੇ ਅੱਗੇ ਪ੍ਰਾਰਥਨਾ ਕਰੋਗੇ ਨਾ ਤਾਂ ਖੁਦਾਵੰਦ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇਗਾ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਅਤੇ ਬਰਕਤ ਦੇਵੇ, ਤੁਹਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪ੍ਰਭੂ ਜੀ ਆਪਣੇ ਸ਼ਾਹੀ ਖਜ਼ਾਨੇ ਦੇ ਵਿੱਚੋਂ ਪੂਰੀਆਂ ਕਰਨ। ਮੈਂ ਅੱਜ ਰੇਡੀਓ 5 ਦੇ ਉੱਪਰ ਪ੍ਰੋਗਰਾਮ ਕਰਕੇ ਆਇਆ ਸੀਗਾ, ਮੇਰਾ 2 ਘੰਟੇ ਦਾ ਪ੍ਰੋਗਰਾਮ ਸੀਗਾ, 1 ਘੰਟੇ ਦਾ ਮੈਂ ਪ੍ਰੋਗਰਾਮ ਜਿਹੜਾ ਕੀਤਾ ਸੀ ਉਹ ਮਦਰ ਮੈਰੀ ਦੇ ਬਰਥਡੇ ਦੀਆਂ ਮੁਬਾਰਕਾਂ ਲੋਕਾਂ ਨੇ ਮੈਨੂੰ ਦਿੱਤੀ। ਦੇਖੋ, ਨੋਨ ਕ੍ਰਿਸਚਨ ਲੋਕਾਂ ਨੇ ਮੈਨੂੰ ਫੋਨ ਕੀਤੇ, ਉੱਥੇ ਫੋਨ ਕਰਕੇ ਉਹਨਾਂ ਨੇ ਉਹ ਕਹਿੰਦੇ ਜੀ ਅਸੀਂ ਵੀ ਮਾਂ ਮਰੀਮ ਦੀ ਰਿਸਪੈਕਟ ਕਰਦੇ, ਅਸੀਂ ਜਦੋਂ ਯੂਰਪ ਦੇ ਵਿੱਚ ਕਿਸੇ ਵੀ ਚਰਚ ਦੇ ਵਿੱਚ ਜਾਂਦੇ ਹੈਗੇ ਆ ਤਾਂ ਅਸੀਂ ਮਾਂ ਮਰੀਮ ਦੇ ਦਰਸ਼ਨ ਕਰਕੇ ਆਉਂਦੇ ਹੈਗੇ ਆ। ਤਾਂ ਸਾਡੇ ਜਿਹੜੇ ਲੋਕ ਹੈਗੇ ਆ ਉਹ ਦੇਖੋ, ਉਹਨਾਂ ਨੂੰ ਪਤਾ ਹੀ ਨਹੀਂ, ਉਹ ਰਿਸਪੈਕਟ ਹੀ ਨਹੀਂ ਕਰਦੇ ਕਿਉਂਕਿ ਤੁਹਾਨੂੰ ਨੌਲੇਜ ਹੀ ਨਹੀਂ ਗੀ। ਤੁਹਾਡੇ ਜਿਹੜੇ ਧਾਰਮਿਕ ਗੁਰੂ ਆ ਤੁਹਾਨੂੰ ਨੌਲੇਜ ਦਿੰਦੇ ਹੀ ਨਹੀਂ ਗੀ ਇਸ ਬਾਰੇ, ਉਹ ਨੌਲੇਜ ਇਹ ਦਿੰਦੇ ਕਿ ਤੁਹਾਡੀ ਜਿਹੜੀ ਮੇਰੀ ਵਾਈਫ ਹੈ ਉਹ ਤੁਹਾਡੀ ਸਪਿਰਚੁਅਲ ਮੰਮੀ ਆ, ਹੋਰ ਕੋਈ ਨਹੀਂ। ਇੱਦਾਂ ਦੇ ਜਿਹੜੇ ਧਰਮ ਗੁਰੂ ਆ ਉਹਨਾਂ ਤੋਂ ਬਚੋ, ਕਿਉਂਕਿ ਇਹ ਤੁਹਾਨੂੰ ਗਲਤ ਰਾਹ 'ਤੇ ਲੈ ਕੇ ਜਾ ਰਹੇ ਆ। ਸਹੀ ਰਸਤੇ 'ਤੇ ਆਵੋ, ਉਸ ਕਲੀਸੀਆ ਦੇ ਮੈਂਬਰ ਬਣੋ ਜਿਹੜੀ ਰਸੂਲੀ ਕਲੀਸੀਆ ਆ, ਜਿਹੜੀ ਪ੍ਰਭੂ ਯਿਸੂ ਮਸੀਹ ਨੇ ਸੰਤ ਪਤਰਸ 'ਤੇ ਬਣਾਈ ਸੀਗੀ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ ਐਂਡ ਪੀਸ ਬੀ ਵਿਦ ਯੂ। ਆਓ ਆਪਾਂ ਛੋਟੀ ਜਿਹੀ ਪ੍ਰਾਰਥਨਾ ਕਰੀਏ। ਬਾਪ ਅਤੇ ਬੇਟੇ ਅਤੇ ਪਾਕ ਦੇ ਨਾਮ ਦੇ ਉੱਤੇ ਆਮੇਨ। ਅਏ ਸਾਡੇ ਬਾਪ, ਜੋ ਤੋਂ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ, ਤੇਰੀ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮੁਆਫ਼ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਾਂ ਨੂੰ ਮੁਆਫ਼ ਕਰਦੇ ਹਾਂ, ਸਾਨੂੰ ਜੁਮੈਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ, ਆਮੀਨ। ਸਲਾਮੇ ਮਰੀਅਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਤਨ ਹੈ, ਨਾਲੇ ਤਨ ਹੈ ਤੇਰੇ ਪੇਟ ਦਾ ਫਲ ਯਿਸੂ। ਐ ਹਜ਼ਰਤ ਮਰੀਅਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ, ਆਮੀਨ। ਬਾਪ ਅਤੇ ਬੇਟੇ ਤੇਰੇ ਪਾਕ ਦੀ ਵਡਿਆਈ ਹੋਵੇ, ਜਿਹੜੀ ਮੁੱਢੋਂ ਸੀ ਹੁਣ ਤੇ ਹਮੇਸ਼ਾ ਹੋਵੇਗੀ, ਆਮੀਨ। ਥੈਂਕ ਯੂ ਵੈਰੀ ਮੱਚ। ਔਰ ਹਮੇਸ਼ਾ ਯਾਦ ਰੱਖਣਾ, ਜਿਸ ਮਾਂ ਨੂੰ ਆ ਕੇ ਫਰਿਸ਼ਤੇ ਸਲਾਮ ਕਰਦੇ ਆ ਤਾਂ ਅਸੀਂ ਕੌਣ ਹੁੰਦੇ ਹਾਂ? ਅਸੀਂ ਫਰਿਸ਼ਤਿਆਂ ਨਾਲੋਂ ਵੱਡੇ ਨਹੀਂ ਗਏ। ਮਾਂ ਮਰੀਮ ਨੂੰ ਫਰਿਸ਼ਤਿਆਂ ਨੇ ਆ ਕੇ ਸਲਾਮ ਕੀਤਾ ਹੈਗਾ ਹੈ। ਪਲੀਜ਼ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਅੱਜ ਤੋਂ ਹੀ ਮਾਂ ਮਰੀਮ ਦੀ ਰਿਸਪੈਕਟ ਕਰਨੀ ਸ਼ੁਰੂ ਕਰੋ, ਮਾਂ ਮਰੀਮ ਦੇ ਅੱਗੇ ਪ੍ਰਾਰਥਨਾ ਕਰਨੀ ਸ਼ੁਰੂ ਕਰੋ। ਦੇਖਿਓ, ਖੁਦਾਵੰਦ ਤੁਹਾਨੂੰ ਬਹੁਤ ਸਾਰੀਆਂ ਆਸ਼ੀਸ਼ ਅਤੇ ਬਰਕਤਾਂ ਦੇਵੇਗਾ। ਜਦੋਂ ਅਸੀਂ ਖੁਦਾਵੰਦ ਦੀ ਮਾਂ ਦੀ ਇੱਜ਼ਤ ਕਰਾਂਗੇ ਤਾਂ ਖੁਦਾਵੰਦ ਦੀ ਮਾਂ ਦੇ ਅੱਗੇ ਦੁਆ ਕਰਾਂਗੇ। ਜਦ ਅਸੀਂ ਕਹਿ ਸਕਦੇ ਹਾਂ ਇਬਰਾਹਿਮ, ਇਸਾਕ, ਯਾਕੂਬ ਦੇ ਖੁਦਾ, ਤਾਂ ਜਿਹੜਾ ਬੇਟਾ ਆ, ਬੇਟਾ ਤਾਂ ਵੀ ਬੇਟਾ ਹੀ ਹੁੰਦਾ ਹੈ ਨਾ, ਮਾਂ ਦੀ ਗੱਲ ਕਦੀ ਟਾਲਦਾ ਨਹੀਂ। ਇਸੇ ਤਰ੍ਹਾਂ ਹੀ ਆ, ਮਾਂ ਦੀ ਕੋਲੋਂ ਮੰਗੋ, ਦੇਖਿਓ ਤੁਹਾਨੂੰ ਬੇਟਾ ਕਿੰਨੀਆਂ ਬਰਕਤਾਂ ਦਿੰਦਾ ਹੈ। ਥੈਂਕ ਯੂ ਵੈਰੀ ਮੱਚ, ਗੋਡ ਬਲੈਸ ਯੂ ਐਂਡ ਪੀਸ ਵੀ ਵਿਦ ਯੂ।